ਇਹਦਾ ਬੱਚਾ ਆ ਗਿਆ ਸੀ ਇੱਕ ਅੱਛਾ ਆ ਤੇ ਉਹ ਫੜ ਲਿਆ ਫਿਰ ਬਿਸਮਿਲ੍ਲਾਹਿ ਰਹਿਮਾਨ ਰਹੀਮ ਨਾਜ਼ਰੀਨ ਮੈਂ ਅੱਜ ਫਕੀਰ ਹੁਸੈਨ ਗੁੱਜਰ ਦੇ ਡੇਰੇ 'ਤੇ ਆਇਆ ਅਤੇ ਇਹਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਹਾਂਜੀ ਭਾਈ ਫਕੀਰ ਹੁਸੈਨ ਸੁਣਾਓ ਪਿਛਲਾ ਜ਼ਿਲ੍ਹਾ ਕਿਹੜਾ ਸੀ ਆਪਣਾ अच्छा रियासत पटियाला ठीक है ते... नेड़े लगता सी। अच्छा सवाना शहर सी। अच्छा ठीक है नाल का गर्मी चलता होंदा सी गर्मी उसे मियां रखी होंदी चराने होंदे सी जंगल होंदा सी ज्यादा उठे अच्छा बाड़ होंदे सी बड़े बड़े अच्छा वाण बाड़ बाड़ अच्छा बाड़ बाड़ दरख्त बहुत बड़ा होंदा अच्छा अच्छा खुला माहौल होंदा सी अच्छा ਹੋਰ ਫਿਰ ਮਾਲ ਡੰਗਰ ਚਲਾ ਚਰਾਉਂਦੇ ਸੀ ਉੱਥੇ ਮਾਲ ਡੰਗਰ ਚਰਾਉਂਦੇ ਸੀ ਬਹੁਤ ਖੁਸ਼ ਮਾਹੌਲ ਸੀ ਉੱਥੇ ਅੱਛਾ ਸਾਰੇ ਰਲ ਕੇ ਰਹਿੰਦੇ ਸੀ ਰਲ ਕੇ ਹਿੰਦੂ ਸਿੱਖ ਵਗੈਰਾ ਸਾਰੇ ਇਕੱਠੇ ਹੁੰਦੇ ਸੀ ਉਦੋਂ ਬਹੁਤ ਮੁਹੱਬਤ ਹੁੰਦੀ ਸੀ ਅੱਛਾ ਬਹੁਤ ਮੁਹੱਬਤ ਹੁੰਦੀ ਸੀ ਉਦੋਂ ਅੱਛਾ ਤੇ ਕਿਵੇਂ ਨਹਿਰੀ ਇਲਾਕਾ ਸੀ ਜਾਂ ਦੂਸਰਾ ਨਹਿਰੀ ਸੀ ਨਹਿਰੀ ਨਹਿਰੀ ਪਾਣੀ ਲੱਗਦਾ ਸੀ ਨਹਿਰੀ ਪਾਣੀ ਲੱਗਦਾ ਸੀ ਅੱਛਾ ਇਹ ਜੀ ਆਪਣਾ ਜਮੀਲ ਭਾਈ ਜਮੀਲ ਨੇ ਤੁਸੀਂ ਵੀ ਕੋਈ ਗੱਲ ਦੱਸੋ ਜੀ ਬਾਬਿਆਂ ਦੀ ਬਜ਼ੁਰਗਾਂ ਦੀ ਕੋਈ ਗੱਲ ਸੁਣਾਓ ਕਹਿੰਦੇ ਸੀ ਵੀ ਮੱਝਾਂ ਦੇ ਬਾੜੇ ਹੁੰਦੇ ਸੀ ਖੁੱਲਾ ਮਾਲ ਹੁੰਦਾ ਸੀ ਅੱਛਾ ਖੁੱਲਾ ਮਾਲ ਬਾੜਿਆਂ ਟੱਕਣਾ ਰਾਤ ਨੂੰ ਚਾਰਨਾ ਜੰਗਲ ਗਏ ਅੱਛਾ ਸੁਬਾਹ ਫਿਰ ਆ ਕੇ ਮੱਝਾਂ ਬਾੜਿਆਂ 'ਚ ਚੋਣੀਆਂ ਅੱਛਾ ਬਾਹਰ ਪਿੰਡ ਦੇ ਬਾਹਰ ਡੇਰੇ ਹੁੰਦੇ ਸੀ ਚਰਨ ਵਾਸਤੇ ਬਹੁਤ ਜਗ੍ਹਾ ਸੀ ਬਹੁਤ ਜੰਗਲ ਅੱਛਾ ਤੇ ਜੰਗਲੀ ਜਾਨਵਰ ਵੀ ਹੁੰਦੇ ਸੀ ਉੱਥੇ ਕੋਈ ਜੰਗਲੀ ਜਾਨਵਰ ਹਰਨ ਹੋਰਨ ਹੁੰਦੇ ਸੀ ਮੇਰੇ ਖਿਆਲ ਅੱਛਾ ਹਰਨ ਹੁੰਦੇ ਸੀ ਅੱਛਾ ਹਰਨ ਹਰਨ ਹੁੰਦੇ ਸੀ ਸ਼ੇਰ ਫੜ ਲਿਆ ਸੀ ਹਾਂ ਛੇ ਫੜ ਲਿਆ ਗੁਜਰਾਂ ਨੇ ਫੜ ਲਿਆ ਅੱਛਾ ਹਾਂ ਫਿਰ ਕੀ ਕੀਤਾ ਉਹਦਾ ਕੀ ਕੀਤਾ ਰੱਖੀ ਤਾਂ ਕਹਿੰਦੇ ਭੱਜ ਗਿਆ ਅੱਛਾ ਭੱਜ ਗਿਆ ਸ਼ੁਗਰ ਮੇਲੇ ਹਾਂ ਸ਼ੁਗਰ ਮੇਲੇ ਹੁੰਦੇ ਸੀ ਉਦੋਂ ਮੋਰ ਵੀ ਕਹਿੰਦੇ ਹੈ ਸੀ ਉੱਥੇ ਮੋਰ ਵੀ ਹੈਗੇ ਸੀ ਅੱਛਾ ਹਾਂ ਉਹ ਜੰਗਲੀ ਇਲਾਕਾ ਜਾਂਦੇ ਸੀ ਨਾ ਹਾਂ ਹਾਂ ਮੋਰ ਵੀ ਹੁੰਦੇ ਸੀ ਅੱਛਾ ਗਾਵਾਂ ਦੇ ਇੱਜੜਦੇ ਇੱਜੜ ਫਿਰਦੇ ਸੀ ਗਾਵਾਂ ਦੇ ਵਿੱਚ ਜੋ ਖੁੱਲੀ ਫਿਰਦੇ ਸੀ ਕੋੜੀ ਛੇੜਦਾ ਸੀ ਅੱਛਾ ਹਾਂ ਗਾਵਾਂ ਦੇ ਇੱਜੜਾਂ ਦੇ ਇੱਜੜ ਫਿਰਦੇ ਹੁੰਦੇ ਸੀ ਅੱਛਾ ਉਹਨਾਂ ਨੂੰ ਕੋਈ ਨਹੀਂ ਛੇੜਦਾ ਉਹਨਾਂ ਨੂੰ ਕੋਈ ਛੇੜਦਾ ਨਾ ਉਹਨਾਂ ਦਾ ਕੋਈ ਮਾਲਕ ਸੀ ਨਾ ਬਗੈਰ ਮਾਲਕ ਤੋਂ ਫਿਰਦੀ ਹੁੰਦੀਆਂ ਸੀ ਅੱਛਾ ਬਗੈਰ ਮਾਲਕ ਉਹ ਗਾਵਾਂ ਕਿਵੇਂ ਦੀਆਂ ਸੀ ਬਾਈ ਉਹ ਗਾਵਾਂ ਵੱਡੇ ਵੱਡੇ ਸਿੰਘ ਹੁੰਦੇ ਸੀ ਜੰਗਲੀ ਜੰਗਲੀ ਦੀ ਗਾਵਾਂ ਹੁੰਦੀਆਂ ਅੱਛਾ ਹਾਂ ਤੇ ਆਪਣਾ ਪਿੰਡ ਦਾ ਨਾਂ ਕੀ ਦੱਸਿਆ ਪਿੰਡ ਦਾ ਨਾਂ ਬਕਰਾਇਆ ਬਕਰਾਇਆ ਹਾਂ ਤੇ ਜ਼ਿਲ੍ਹਾ ਹੁਸ਼ਿਆਰ ਰਿਆਸਤ ਪਟਿਆਲਾ ਅੱਛਾ ਰਿਆਸਤ ਪਟਿਆਲਾ ਸਮਾਣਾ ਸ਼ਹਿਰ ਜਿਵੇਂ ਆਪਣੇ ਗੜੇ ਮੋੜ ਲੱਗਦਾ ਹਾਂ ਸਮਾਣਾ ਸ਼ਹਿਰ ਨੇੜੇ ਲੱਗਦਾ ਸੀ ਸਮਾਣਾ ਸ਼ਹਿਰ ਹਾਂ ਹੁਣ ਇਸ ਪਿੰਡ ਦੇ ਵਿੱਚੋਂ ਕੋਈ ਬੰਦੇ ਤੁਹਾਨੂੰ ਦੇਖਣ ਤੇ ਤੁਸੀਂ ਦੱਸੋ ਨਾ ਆਪਣਾ ਨਾਂ ਆਪਣੇ ਦਾਦੇ ਪੜਦਾਦੇ ਦਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਮੇਰੇ ਦਾਦੇ ਨਾਲ ਜਾਲੀ ਸੀ ਨਹੀਂ ਪਹਿਲੇ ਅੱਬੇ ਦਾ ਦੱਸੋ ਨਾ ਇਸਲਾਮਦੀਨ ਸੀ ਇਸਲਾਮਦੀਨ ਹਾਂ ਤੇ ਦਾਦੇ ਨਾਲ ਜਾਲੀ ਹਾਂ ਜਾਲੀ ਤੇ ਪੜਦਾਦੇ ਦਾ ਨਾਂ ਮੋਤੀ 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 ਅੱਛਾ ਅੱਛਾ ਤੇ ਉੱਥੋਂ ਦੇ ਬੰਦੇ ਜ਼ਰੂਰ ਤੁਹਾਨੂੰ ਪਛਾਣ ਲੈਣਗੇ ਹੈ ਪਛਾਣ ਜੇਲਦਾਰਾਂ ਦਾ ਘਰ ਹੁੰਦਾ ਸੀ ਸਾਰੇ ਪਿੰਡ 'ਚੋਂ ਵਧੀਆ ਜੇਲਦਾਰਾਂ ਹਾਂ ਜੇਲਦਾਰਾਂ ਦਾ ਘਰ ਹੁੰਦਾ ਸੀ ਇੱਕੋ ਘਰ ਹੁੰਦਾ ਸੀ ਜੇਲਦਾਰਾਂ ਦਾ ਅੱਛਾ ਹਾਂ ਸਾਰਿਆਂ ਨੂੰ ਵਧੀਆ ਵਧੀਆ ਘਰ ਅੱਛਾ ਬਹੁਤ ਅੱਛਾ ਘਰ ਸੀ ਅੱਛਾ ਹੋਰ ਕੋਈ ਹੋਰ ਕੋਈ ਚੂੜੇ ਹੁੰਦੇ ਸੀ ਅੱਛਾ ਹਾਂ ਚਮਾਰ ਕਹਿੰਦੇ ਹੁੰਦੇ ਸੀ ਚੂੜੇ ਚਮਾਰ ਹਾਂ ਸਿੱਖ ਵੀ ਆ ਸੀ ਉੱਥੇ ਸਿੱਖ ਸਰਦਾਰ ਸਿੱਖ ਸਰਦਾਰ ਉਦੋਂ ਕੋਲੇ ਸੀ ਉਹ ਉਸ ਪਿੰਡ 'ਚ ਕੋਲੇ ਅੱਛਾ ਹੁਣ ਬਾਅਦ 'ਚ ਕਹਿੰਦੇ ਬਹੁਤ ਆ ਗਏ ਵੀਰੇ ਗਵਈਏ ਹੋ ਗਏ ਉੱਥੇ ਇਕੱਠੇ ਅੱਛਾ ਹਾਂ ਠੀਕ ਹੁਣ ਤਾਂ ਬਹੁਤ ਗੁਰੂਕਾਰ ਹੋ ਉਸ ਪਿੰਡ 'ਚ ਅੱਛਾ ਤੁਹਾਨੂੰ ਕਿਵੇਂ ਪਤਾ ਲੱਗਾ ਉਹ ਵੀਡੀਓ ਦੇਖੀ ਇੱਕ ਦਿਨ ਉਸ ਪਿੰਡ ਦੀ ਵੀਡੀਓ ਦੇਖੀ ਵਾਹ ਜੀ ਵਾਹ ਚਲੋ ਹੁਣ ਤੁਹਾਡੀ ਵੀ ਵੀਡੀਓ ਦੇਖਣਗੇ ਉਹ ਹਾਂ ਵੀਡੀਓ ਦੇਖਣਗੇ ਸਾਡੇ ਕਿਉਂ ਨਹੀਂ ਦੇਖਣਗੇ ਉਹ ਹੈ ਦੇਖਣਗੇ ਅੱਛਾ ਅੱਛਾ ਹੁਣ ਤਾਂ ਪੱਕੀਆਂ ਗਲੀਆਂ ਪੱਕਾ ਸਾਰਾ ਕੁਝ ਬਹੁਤ ਵੀ ਆਈ ਪੀ ਪਿੰਡ ਬਣ ਗਿਆ
VIP ਪਿੰਡ ਬਣ ਗਿਆ। ਹਾਂ ਠੀਕ ਆ ਨਾਜ਼ਰੀਨ, ਤੁਸੀਂ ਵੇਖਿਆ ਕੀ ਸਾਨ ਗੁੱਜਰ ਨਾਲ ਆਪਾਂ ਗੱਲਬਾਤ ਕੀਤੀ। ਜਿਹੜੇ ਮੇਰੇ ਚੈਨਲ 'ਤੇ ਨਵੇਂ ਆਏ ਹੋ, ਮੇਰਾ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਵੀ ਕਰਿਓ।